ਜੀ ਤਾਂ ਮਿੰਟੂ ਜੀ ਆਪਾਂ ਸ਼ੁਰੂਆਤ ਕਰੀਏ ਜਰਾ ਐਸਜੀਪੀਸੀ ਦੇ ਨਾਲ ਜੁੜੀ ਹੋਈ ਹੈ ਕਿ ਹੁਣ ਪ੍ਰਧਾਨ ਬਣ ਗਏ ਦੁਬਾਰਾ ਫਿਰ ਤਾਂ ਅਮੀ ਸਾਹਿਬ ਤੇ ਉੱਤੇ طے ਹੀ ਹੈ ਜੀ طے ਸੀ ਉਹ طے ਹੀ ਆ ਬਾਬਾ ਜੀ ਗੱਲ ਇਹ ਆ ਕੇ ਬਈ ਪਿਛਲੀ ਵਾਰੀ ਇੰਨਾ ਜ਼ੋਰ ਲੱਗਾ ਸੀਗਾ ਜੀ ਭਾਜਪਾ ਦੇ ਬੰਦਿਆਂ ਤੱਕ ਨੇ ਖੁੱਲੇ ਰੂਪ ਦੇ ਵਿੱਚ ਪੂਰਾ ਅੰਦਰਖਾਤੇ ਜ਼ੋਰ ਲਾਇਆ ਜੀ ਆਡੀਓ ਤੱਕ ਸਾਰਾ ਕੁਝ ਜਿਹੜਾ ਹੋਇਆ ਤੇ ਉਸ ਤੋਂ ਬਾਅਦ ਹੋਇਆ ਕਿ ਸਿੱਟਾ ਕੀ ਨਿਕਲਿਆ 146 ਚੋ ਮੇਰੇ ਖਿਆਲ ਦੇ ਨਾਲ 42 ਵੋਟਾਂ ਹੀ ਗਈਆਂ ਸਨ ਬੀਬੀ ਜਗੀਰ ਕੌਰ ਨੂੰ ਜੀ ਰਹਿੰਦੀਆਂ ਸਾਰੀਆਂ ਵੋਟਾਂ ਧਮੀ ਸਾਹਿਬ ਕੋਲ ਜੀ ਜੀ ਐਤ ਕੀ ਫੇਰ ਧਮੀ ਸਾਹਿਬ ਧਮੀ ਸਾਹਿਬ ਅੱਛਾ ਹੋਣਾ ਤੇ ਸਾਰਾ ਕੁਝ ਉਹੀ ਹੁੰਦਾ ਸੁਖਬੀਰ ਸਿੰਘ ਬਾਦਲ ਗਏ ਨੇ ਉੱਥੇ ਅੰਮ੍ਰਿਤਸਰ ਵਿਖੇ ਤੇ ਬੰਦ ਕਮਰਾ ਮੀਟਿੰਗ ਸਾਰੇ ਅਧਿਕਾਰ ਸੌਂਪ ਦਿਓ ਜੀ ਪ੍ਰਧਾਨ ਜੀ ਨੂੰ ਖਾਦੀ ਅਧਿਕਾਰ ਅਖੇ ਪ੍ਰਧਾਨ ਜੀ ਨੇ ਪ੍ਰਧਾਨਤਾ ਆਪਣਾ ਚਲੋ ਹੋ ਗਿਆ ਕੰਮ ਤੇ ਬਾਕੀ ਜਿਹੜੇ ਐਸਟੀਪੀਸੀ ਮੈਂਬਰ ਪਹਿਲੀ ਗੱਲ ਤੁਸੀਂ ਦੇਖੋ ਕਿ 30 ਦਾ ਇੰਤਕਾਲ ਹੋ ਗਿਆ ਇਸ ਮਤਲਬ ਕਿ ਜਿਹੜਾ ਇਹ ਜਰਨਲ ਹਾਊਸ ਚਲਦਾ ਪਿਆ ਜੋ ਇਸ ਵੇਲੇ ਚਲੰਤ ਹੈ ਇਹ ਚੁਣਿਆ ਹੋਇਆ ਜਿਹੜਾ ਇਹਦੇ ਵਿੱਚੋਂ 30 ਦਾ ਇੰਤਕਾਲ ਹੋ ਚੁੱਕਾ ਹੈ 4 ਦੇ ਅਸਤੀਫੇ ਹੋ ਚੁੱਕੇ ਯਾਨੀ ਜਿਆਦਾਤਰ ਐਸਟੀਪੀਸੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਬਡੇਰੀ ਉਮਰ ਦੀ ਹੁੰਦੀ ਆ ਹਾਂਜੀ ਇਹਨਾਂ ਦੀ ਟਿਕਟ ਤੋਂ ਲਾ ਲੋ ਕਿ ਜਾਂ ਪਾਰਟੀ ਤੋਂ ਜਿਹੜੇ ਚੋਣ ਲੜੇ ਬੰਦੇ ਆ ਉਹ ਲਾਇਲ ਨੇ ਹਾਲੇ ਵੀ ਬਾਦਲ ਫੈਮਿਲੀ ਪ੍ਰਤੀ ਹਾਂਜੀ ਕਿਉਂਕਿ ਸਾਰੇ ਜਿਆਦਾਤਰ ਬਜ਼ੁਰਗ ਹਾਂਜੀ ਬਿਲਕੁਲ ਉਹ ਪਹਿਲਾਂ ਤੋਂ ਜੁੜੇ ਨੇ ਉਹ ਹਸਾਬਕਤਾ ਉਹੀ ਆ ਸੋ ਇਸ ਕਰਕੇ ਇੱਥੇ ਕੋਈ ਖਤਰਾ ਹੈ ਨਹੀਂ ਸੀਗਾ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਬੀਬੀ ਜ਼ਗੀਰਕਰ ਠੀਕ ਹੈ ਫਾਈਟ ਦੇ ਸਕਦੇ ਫਾਈਟ ਵੀ ਨਹੀਂ ਦੇ ਹੋਈ ਸੀਗੀ ਨਹੀਂ ਜ਼ਿਆਦਾ ਜੀ ਵੀ ਟੱਕਰ ਤੇ ਦੇ ਸਕਦੇ ਆ ਪਰ ਬਾਜੀ ਨਹੀਂ ਪਲਟੀ ਜਾ ਸਕਦੀ ਜੀ ਤਾਂ ਐਤਕੀ ਵੀ ਇਹ ਸੀਗਾ ਕਿ ਐਸਟੀਪੀਸੀ ਦੇ ਪ੍ਰਧਾਨ ਜਿਹੜੇ ਧਾਮੀ ਸਾਹਿਬ ਆ ਉਹ ਮਤਲਬ ਕਿ ਭਾਜਪਾ ਨੂੰ ਫਸਾਉਣਾ ਹੋਵੇ ਆਮ ਆਦਮੀ ਪਾਰਟੀ ਨੂੰ ਫਸਾਉਣਾ ਹੋਵੇ ਉਹ ਮਤਲਬ ਕਿ ਧਾਰਮਿਕ ਆਧਾਰ ਤੇ ਉਹ ਉਹ ਪਾਰਟੀ ਲਾਈਨ ਬਖੂਬੀ ਟੋ ਕਰ ਲੈਂਦੇ ਨੇ ਉਹ ਜੀ ਬਿਲਕੁਲ ਸੁਖਵੀਰ ਸਿੰਘ ਬਾਦਲ ਹੋਣਾ ਤੇ ਉਹ ਤਾਲਮੇਲ ਨਾਲ ਚੱਲਦੇ ਆ ਤਾਂ ਫਿਰ ਕੋਈ ਵਜ੍ਹਾ ਹੀ ਨਹੀਂ ਸੀ ਨਾ ਹੀ ਉਹਨਾਂ ਦੇ ਨਾਮ ਤੇ ਕੋਈ ਵੱਡੀ ਕੰਟਰੋਵਰਸੀ ਆ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜੀ ਸੋ ਇਸ ਕਰਕੇ ਉਹ ਤੈ ਸੀ ਵੀ ਹਾਂ ਪੜ੍ਹੇ ਲਿਖੇ ਬੰਦੇ ਆ ਸਿਆਣੇ ਬੰਦੇ ਆ ਹਾਲ ਦੀ ਘੜੀ ਤੇ ਨਿਰਵਾਵਾਦ ਆ ਗਾਂ ਪਤਾ ਨਹੀਂ ਕਿ ਹੋਏਗਾ ਤਾਂ ਫਿਰ ਇਹਨਾਂ ਨੇ ਕੁੰਸ ਸਾਹਿਬ ਨੂੰ ਐਤ ਕੀ ਉਤਾਰ ਦਿੱਤਾ ਮਲਾਂਚ ਕੁੰਸ ਸਾਹਿਬ ਇਹਨਾਂ ਦੇ ਪੁਰਾਣੇ ਸਾਥੀ ਆ ਉਹ ਦੂਜੇ ਧੜੇ ਵਰਨੀ ਜਾਖਲੋ ਤੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਤੇ ਬੀਬੀ ਜਗੀਰ ਕੌਰ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਵੋਟਾਂ ਪਈਆਂ ਨੇ ਜੀ ਜੀ ਜੇ ਨਿਕੋ ਗਿਣਤੀ ਚੱਲਦੀ ਪਈ ਹੈ ਮੈਨੂੰ ਪਤਾ ਨਹੀਂ ਹੈ ਐਗਜ਼ੈਕਟ ਕਿੰਨਾ ਨੰਬਰ ਆ ਕਿ ਜਿਹੜਾ ਉਹ ਵੋਟਾਂ ਭੁਗਤੀਆਂ ਨੇ ਪਰ ਹਾਲ ਫਿਲਹਾਲ ਤੇ ਉਹ ਹੈਟ੍ਰਿਕ ਵੱਜ ਗਈ ਉਹ ਤੈ ਸੀਗਾ ਇਹ ਸਾਰਾ ਕੁਝ ਤੈ ਸੀ ਕਿ ਧਾਮੀ ਸਾਹਿਬ ਤੀਜੇ ਸਾਲ ਦੇ ਵਿੱਚ ਪ੍ਰਧਾਨ ਬਣ ਕੇ ਹੁਣ ਗਾਂਹ ਇਲੈਕਸ਼ਨ ਹੁੰਦਾ ਗਾਂਹ ਇਹ ਜਿਹੜਾ ਤੀਜਾ ਸਾਲ ਹੈ ਕਿ ਚੌਥੇ ਚ ਜਾਂਦਾ ਇਹ ਵੇਖਣ ਵਾਲੀ ਗੱਲ ਹੋਏਗੀ ਤਾਂ ਮੇਨ ਤੇ ਹੁਣ ਉਹ ਲੜਾਈ ਆ ਕਿ ਜਦੋਂ ਐਸਟੀਪੀਸੀ ਚੋਣਾਂ ਦਾ ਇੱਕ ਪਾਸੇ ਹੁਣ ਕੰਮ ਚੱਲਦਾ ਪਿਆ ਵੋਟਰ ਸੂਚੀਆਂ ਬਣਦੀਆਂ ਪਈਆਂ ਨੇ ਤੇ ਜੇ ਵੋਟਾਂ ਪੈਂਦੀਆਂ ਉਸ ਤੋਂ ਬਾਅਦ ਕੀ ਅਕਾਲੀ ਦਲ ਆਪਣੀ ਇਹ ਐਸਡੀਪੀਸੀ ਦੇ ਵਿੱਚ ਜੋ ਤਾਕਤ ਹੈ ਉਸ ਨੂੰ ਬਰਕਰਾਰ ਰੱਖ ਪਾਊਗਾ ਕਿ ਨਹੀਂ ਵੱਡੀ ਗੱਲ ਇੱਥੇ ਮੁੱਕਦੀ ਆ ਇਥੇ ਸਾਫ਼ ਹੀ ਹੁਣ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ 8 ਮਹੀਨੇ ਜਿੰਨਾ ਵੀ ਕਾਰਜਕਾਲ ਹਿੱਸੇ ਆਉਂਦਾ ਧਾਮੀ ਸਭ ਦੇ ਉਹਨਾਂ ਨੇ ਕਰਨਾ ਹੀ ਕਰਨਾ ਆਪਦਾ ਪੂਰਾ ਪਰ ਇਹ ਆ ਕਿ ਕੀ ਇੱਕ ਸਾਲ ਪੂਰਾ ਹੋਣ ਤੱਕ ਕਲੈਕਸ਼ਨ ਹੋ ਜਾਏਗਾ ਜੇ ਇਲੈਕਸ਼ਨ ਹੋ ਜਾਏਗਾ ਤੇ ਫਿਰ ਕੀ ਵਾਕਿਆ ਅਕਾਲੀ ਦਲ ਐਸਪੀਸੀ ਦੇ ਵਿੱਚ ਇਸੇ ਹੀ ਤਾਕਤ ਨਾਲ ਆਏਗਾ ਇਹ ਸਵਾਲ ਨੇ ਤੇ ਇਹ ਤਾਂ ਤੈ ਸੀ ਪਰ ਗਾਂ ਜੋ ਹੋਏਗਾ ਉਹ ਤੈ ਨਹੀਂ ਹੈਗਾ ਉਹ ਫਿਕਸ ਨਹੀਂ ਹੈ ਉਹ ਸਾਰਾ ਕੁਝ ਜਿਹੜਾ ਆ ਉਹ ਕਹਿ ਲਓ ਕਿ ਉਹਦੀ ਕੋਈ ਪੈਸ਼ੀਨ ਕੋਈ ਨਹੀਂ ਕੀਤੀ ਜਾ ਸਕਦੀ ਕਿਹਾ ਜੀ ਇਹੀ ਹੋਏਗਾ ਸੋ ਇਸ ਕਰਕੇ ਦੇਖੋ ਅੱਗੇ ਕੀ ਬਣਦਾ ਹੈ ਹੈਟ੍ਰਿਕ ਤੇ ਤਾਂ ਹੀ ਸੀਗੀ ਜੀ 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 ਤਾਂ ਇਧਰੋਂ ਕਰੇ ਰੰਜੀਤ ਜੀ ਕਰੇ 136 ਬੋਟਾਂ ਪੰਗਾ ਟੋਟਲ 118 ਧਾਮੀ ਸਾਹਿਬ ਨੂੰ ਤੇ ਉਧਰੋਂ ਆਪਣਾ 17 ਪੰਗਾ ਨੇ ਕੋਨੂ ਸਾਹਿਬ ਨੂੰ ਇੱਕ ਬੋਟਲ ਆ ਮਤਲਬ ਕਿ ਬੀਬੀ ਜ਼ਗੀਰ ਕੌਰ ਦੇ ਮੁਕਾਬਲੇ ਵੀ ਤਕਰੀਬਨ ਅਧੀਆਂ ਹੀ ਪਈਆਂ ਫਿਰ ਅੱਦੇ ਤੋਂ ਵੀ ਘੱਟ ਪੈ ਗਈਆਂ ਆਹੀ ਗੱਲ ਮੈਂ ਕਹਿੰਡਿਆ ਸੀ ਜੀ ਕਿ ਇਹ ਸਾਫ਼ ਸੀਗਾ ਇਹ ਕਿ ਸਪਸ਼ਟ ਸੀ ਤੇ ਧਾਮੀ ਸਾਹਿਬ ਫਿਰ ਵੱਧ ਗਏ ਨੇ ਅੱਗੇ ਨਾਲੋਂ ਜੀ 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 ਤੇ ਇਧਰੋਂ ਇੱਕ ਵੀਰ ਪੁੱਛ ਰਿਹਾ ਸੀ ਕਿਨੇ ਕੀ ਮਤਲਬ ਜੇ ਕੋਈ ਫਰਜ ਕਰੋ ਉਹਨੇ ਨਹੀਂ ਕੇਸ ਧਾਰੀ ਹੈਗਾ ਕੋਈ ਪਰਨਾ ਬੰਦਾ ਤਾਂ ਉਹੀ ਵੋਟ ਬਣਾ ਸਕਦਾ ਮਿੰਟੂ ਜੀ ਇਸ ਵਾਰ ਕਿ ਨਹੀਂ ਨਹੀਂ ਜੀ ਇਸ ਤਾਂ ਸਹਿਜ ਧਾਰੀ ਵੋਟ ਹੀ ਖਤਮ ਕਰ ਦਿੱਤੀ ਗਈ ਸੀ ਜੀ ਠੀਕ ਹੈ ਜੀ ਉਹ ਪਹਿਲਾਂ ਇਹਨਾਂ ਨੇ ਬਾਦਲ ਸਾਹਿਬ ਨੇ ਮਨਾ ਲਿਆ ਸੀਗਾ ਅਮੈਂਡਮੈਂਟ ਆਈ ਸੀਗੀ ਫਿਰ ਉਸ ਤੋਂ ਬਾਅਦ ਮਤਲਬ ਨਹੀਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀਗਾ ਜੀ ਤੇ ਫਿਰ ਬਾਅਦ ਦੇ ਵਿੱਚ ਚੈਲੰਜ ਹੋ ਗਿਆ ਕੋਰਟ 'ਚ ਜੀ ਫਿਰ ਇਹਨਾਂ ਨੇ ਉਦੋਂ ਮੇਰੇ ਖਿਆਲ ਦੇ ਨਾਲ ਬਾਜਪਾਈ ਸਾਹਿਬ ਸੀਗੇ ਉਹਨਾਂ ਨੂੰ ਮਨਾ ਕੇ ਪੱਕੀ ਸੋਧ ਹੀ ਕਰਵਾ ਲਈ ਪੱਕੀ ਸੋਧ ਕਰਵਾ ਲਈ ਤੇ ਮਸਲਾ ਹੀ ਹੱਲ ਹੋ ਗਿਆ ਸਾਰਾ ਜੀ ਤੇ ਸਹਿਜ ਧਾਰੀ ਵੋਟ ਜਿਹੜੀ ਆ ਉਸ ਤੋਂ ਬਾਅਦ ਫਿਰ ਬੰਦ ਹੋ ਗਈ ਆ ਜਦ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਸਹਿਜ ਧਾਰੀ ਵੋਟ ਦੀ ਵਕਾਲਤ ਵੀ ਕਰਦੇ ਆ ਸਹਿਜ ਧਾਰੀ ਇੱਕ ਪਾਰਟੀ ਬਣੀ ਹੋਈ ਆ ਜੀ ਬਿਨ ਕਾਇਦਾ ਤੌਰ ਤੇ ਕਹਿ ਲੋ ਕਿ ਇਸ ਗੱਲ ਦੀ ਪੈਰਵਾਹੀ ਕਰਦੀ ਹੈ ਕਾਨੂੰਨੀ ਚਾਰਾ ਜੁ ਵੀ ਕੀਤੀ ਹੋਈ ਹੈ ਹਾਲੇ ਵੀ ਉਹ ਪਟੀਸ਼ਨ ਇੱਕ ਉਹਨਾਂ ਦੀ ਮੈਨੂੰ ਲੱਗਦਾ ਹੈ ਕਿ ਹੈਗੀ ਆ ਜੀ ਕਿਉਂਕਿ ਸੁਪਰੀਮ ਕੋਰਟ ਨੇ ਹਾਈ ਕੋਰਟ 'ਚ ਕਹਿਤਾ ਸੀ ਕਿ ਤੁਸੀਂ ਜਾ ਸਕਦੇ ਜੀ 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 ਤਾਂ ਉਸ ਤੋਂ ਬਾਅਦ ਮਿੰਟੂ ਜੀ ਆਪਾਂ ਆ ਜੀਏ ਜੀ ਇਧਰੋਂ ਜਰਾ ਪ੍ਰਾਲੀ ਵਾਲਾ ਮੁੱਦਾ ਵੈਸੇ ਸੁਪਰੀਮ ਕੋਰਟ 'ਚ ਮਾਮਲਾ ਚੱਲ ਰਿਹਾ ਹੈਗਾ ਜਦੋਂ ਵੀ ਆਉਂਦੀ ਹੈ ਗੱਲ ਪ੍ਰਦੂਸ਼ਣ ਦੀ ਤਾਂ ਗੱਲ ਆ ਕੇ ਪ੍ਰਾਲੀ ਦੀ ਮੈਨੂੰ ਲੱਗ ਕੇ ਖੜ ਜਾਂਦੀ ਸਾਰੀ ਕਿ ਭਾਈ ਪ੍ਰਾਲੀ ਕਰਕੇ ਧੂਆ ਹੁੰਦਾ ਪਿਆਗਾ ਤਾਂ ਪਰ ਕੀ ਕਰੀਏ ਮਿੰਟੂ ਜੀ ਉਧਰ ਸੁਪਰੀਮ ਕੋਰਟ 'ਤੇ ਵੈਸੇ ਟਿੱਪਣੀਆਂ ਬੜੀਆਂ ਸਖਤ ਹਨ ਪਰ ਹੱਲ ਕੋਈ ਨ ਇਦੋਂ ਪੰਜਾਬ ਵਾਲੇ ਕਹਿੰਦੇ ਜੀ ਕਿ ਹਰਿਆਣੇ ਵਾਲਿਆਂ ਦਾ ਧੂਆਂ ਜਾਂਦਾ ਪਿਆਗਾ ਕੇਂਦਰ ਵਾਲੇ ਜਿਆਦਾ ਕੰਮ ਕਰ ਰਿਹਾ ਉਹ ਇਸ ਮਾਮਲੇ ਚ ਨਕਾਮ ਨਹੀਂ ਜੀ ਦੇਖੋ ਇਤਜਾਬਾਂ ਤੇ ਭੇੜਿਆ ਜੀ ਸੋਸ਼ਲ ਮੀਡੀਆ ਤੇ ਚਲੇ ਜਾਓ ਫੇਸਬੁੱਕ ਤੇ ਉਹ ਜਿਹੜੇ ਕਿਸਾਨ ਆਗੂਆਂ ਦੇ ਜਾਂ ਕਿਸਾਨਾਂ ਦੇ ਪੇਜ ਆ ਉਹ ਚਿਮਣੀਆਂ ਚੋਂ ਨਿਕਲਦਾ ਧੂਆਂ ਵਿਖਾ ਕੇ ਕਹਿੰਦੇ ਆਹ ਲਓ ਚੱਕੋ ਵਾਤਾਵਰਣ ਸ਼ੁੱਧ ਹੋ ਰਿਹਾ ਜੀ ਇਹ ਆ ਲੱਗੇ ਆ ਫਿਲਟਰ ਲੱਗੇ ਆ ਜਿਹੜੇ ਲੋਕ ਵਾਤਾਵਰਨ ਪ੍ਰਤੀ ਚਿੰਤਤ ਹੁੰਦੇ ਆ ਉਹ ਅੱਗ ਲੱਗੀ ਦੀਆਂ ਫੋਟੋਆਂ ਦਿਖਾਉਂਦੇ ਕਿ ਆ ਵੇਖੋ ਵੈਸੇ ਨਾ ਕੰਮ ਹੈ ਤੇ ਖਤਰਨਾਕ ਹੈ ਜੀ ਆ ਨਾ ਅੱਛਾ ਸਾਡੇ ਅੱਗ ਲਾਉਣ ਵਾਲੇ ਵੀ ਵੇਖੋ ਗੱਲ ਇਹ ਆ ਕਿ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਮੈਂ ਮੈਂ ਤੇ ਇਹ ਮੰਨਦਾ ਕਿਉਂਕਿ ਰਹਿਣਾ ਸਾਰਿਆਂ ਨੇ ਵਾਤਾਵਰਨ 'ਚ ਆਪਾਂ ਹੀ ਆ ਹੁਣ ਅੱਗ ਲਾਉਣ ਵਾਲੇ ਵੀ ਕਮਾਲ ਕਰਦੇ ਆ ਸੜਕ ਦੇ ਨਾਲ ਪੈਲੀ ਹੁੰਦੀ ਆ ਅਗ ਧੋਖ ਦਿੰਦੇ ਆ ਮੈਂ ਇੱਥੋਂ ਜਾ ਰਿਹਾ ਸੀਗਾ ਕੱਲ ਇੱਕ ਬਜ਼ੁਰਗ ਸਕੂਟੀ ਤੇ ਆਉਂਦਿਆ ਸੀ ਕਰਮਗੜ ਤੇ ਡੱਬ ਵਾਲੀ ਦੇ ਵਿਚਾਲੇ ਕਿਸੇ ਬੇਵਕੂਫ ਨੇ ਅੱਗ ਲਾਈ ਹੋਈ ਸੀ ਤੁਹਾਨੂੰ ਪਤਾ ਉਹ ਸੜਕ ਕਿੰਨੀ ਚੱਲਦੀ ਆ ਬਜ਼ੁਰਗ ਜਦੋਂ ਧੂਏ ਚ ਨਿਕਲਿਆ ਮੈਨੂੰ ਪਤਾ ਲੱਗ ਗਿਆ ਕਿ ਧੂਆ ਬਹੁਤ ਜ਼ਿਆਦਾ ਹੈ ਤੇ ਸੜਕ ਜਿਹੜੀ ਆ ਕਿਉਂਕਿ ਅਸੀਂ ਉਥੋਂ ਨਿਤ ਲੰਘਦੇ ਆ ਤੇ ਉਹ ਟਾਈਮ ਹੁੰਦਾ ਹੈ ਕਿ ਜਦੋਂ ਟੀਚਰ ਜਾਂ ਪਿੰਡਾਂ ਚੋਂ ਆਉਣ ਜਾਣ ਵਾਲੇ ਨਾ ਬੜੀ ਤੇਜ਼ੀ ਨਾਲ ਜਾਂਦੇ ਆਉਂਦੇ ਆ ਜੀ ਤੇ ਮੈਂ ਤਾਂ ਵੈਸੇ ਹੀ ਬੰਦਾ ਥੋੜਾ ਜਿਆਦਾ ਡਰਨ ਵਾਲਾ ਉਹ ਬਜ਼ੁਰਗ ਦੀ ਅੱਖਾਂ ਚ ਕਿਉਂਕਿ ਐਨਕ ਉਹਨਕੋ ਨਹੀਂ ਸੀ ਲੱਗੀ ਉਹਦੇ ਉਹ ਇੱਕਦਮ ਧੁਏਂ ਚ ਵੜ ਗਿਆ ਜਦ ਧੁਏਂ ਚ ਵੜ ਗਿਆ ਤਾਂ ਉਹਦੀ ਸਕੂਟੀ ਢੋਲ ਗਈ ਬਿਲਕੁਲ ਮੇਰੀ ਗੱਡੀ ਦੇ ਅੱਗੇ ਆ ਗਈ ਮੇਰੀ ਗੱਡੀ ਚ ਤੇਜ਼ ਹੁੰਦੀ ਤੇ ਬਾਪੂ ਜੀ ਬੈਸੇ ਉਹਨੂੰ ਦਿਖਿਆ ਹੀ ਕੱਖ ਨਹੀਂ ਮੈਂ ਸ਼ੁਕਰ ਕੀਤਾ ਵੈਗ ਰੂ ਤੇ ਮੈਂ ਨਿਕਲ ਗਿਆ ਹੁਣ ਕਸੂਰ ਬਾਪੂ ਦਾ ਥੋੜੀ ਵਿਚਾਰੇ ਦਾ ਤਾਂ ਬਜ਼ੁਰਗ ਆਦਮੀ ਜਾ ਰਿਹਾ ਸੀ ਝਕਦਮ ਤੁਹਾਂ ਪੈ ਗਿਆ ਉਹਦੀ ਸਕੂਟੀ ਟੋਲ ਗਈ ਬਿਲਕੁਲ ਕੋਸੂਰ ਉਹਦਾ ਕੋਈ ਨਹੀਂ ਸੀ ਤੇ ਜਿਹੜਾ ਸਾਹਮਣੇ ਤੋਂ ਚਾਹੇ ਤੁਸੀਂ ਛੇ ਕੋਈ ਹੋਰ ਕੋਸੂਰ ਤਾਂ ਮੇਰਾ ਕੱਢੇ ਹੀ ਜਾਣਾ ਸੀ ਫਿਰ ਹਾਂਜੀ ਮੇਰਾ ਤੇ ਵੈਸੇ ਉਹ ਜਿਹੜੇ ਮੇਰੇ ਪ੍ਰਸ਼ੰਸਕ ਨੇ ਪਿਆਰ ਕਰਨ ਵਾਲੇ ਉਹਨਾਂ ਹੀ ਕਢਾ ਦੇਣਾ ਸੀਗਾ ਉਹ ਬੜੇ ਹੈਗੇ ਇਲਾਕੇ 'ਚ ਜੀ